मैं अज हिम्मत करके ये वीडियो बना रहा भी जलाद बंदे ने जलाद साढ़े बंदे नू पांच दिन रख के उथे 14 तरीक तो ला के 18 तरीक तक सहारा हॉस्पिटल च रखिया तलासे दिते गए भी ठीक है सिर्फ पैसे दे लालच दे विच उहदा कोई ऑपरेट नहीं किया भी वध जाण दो कम फिर ऑपरेट करांगे किया नहीं असी विश्वासघात साडे नाल बहुत वड्डा विश्वासघात होया साडा बंदा नहीं मरदा सी सानू तलासे दिते गए अमर हॉस्पिटल दा डाक्टर कुत्ता डाक्टर अनीस गोयल ओहनू कख नहीं पता कख 1 रुपये दा डाक्टर 1 पैसे दा डाक्टर नहीं हैगा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇ ਤੁਸੀਂ ਸਭ ਆਖੋਬੀ ਜਾਣਦੇ ਹੋ ਕਿ ਅੱਜ ਕੱਲ੍ਹ ਪ੍ਰਾਈਵੇਟ ਹਸਪਤਾਲਾਂ ਨੇ ਆਮ ਲੋਕਾਂ ਦੀ ਜਾਨ ਲੈਣੀ ਕੀਤੀ ਹੋਈ ਹੈ ਕਿਉਂਕਿ ਅਜਿਹੀ ਛਿੱਲ ਲਾਉਂਦੇ ਨੇ ਉਹ ਗਰੀਬਾਂ ਦੀ ਸਭ ਦੇ ਹੋਸ਼ ਉੱਡ ਜਾਂਦੇ ਨੇ ਇੱਕ ਤਾਂ ਹੁੰਦਾ ਹੈ ਕਿ ਅਸੀਂ ਬਿਮਾਰ ਨੂੰ ਹਸਪਤਾਲ 'ਚ ਦਾਖਲ ਕਰਵਾ ਕੇ ਉਸ ਦਾ ਜਾਣ ਬੁੱਝ ਕੇ ਇਲਾਜ ਡਿਲੇ ਕਰਦੇ ਰਹੀਏ ਜਾਂ ਮਰੇ ਹੋਏ ਨੂੰ ਵੈਂਟੀਲੇਟਰ 'ਤੇ ਪਾ ਕੇ ਨੋਟ ਖੱਟਦੇ ਰਹੀਏ ਅਤੇ ਇੱਕ ਹੁੰਦਾ ਹੈ ਕਿ ਜਾਣ ਬੁੱਝ ਕੇ ਅਸੀਂ ਸਿਰਫ ਇਲਾਜ ਲੰਬਾ ਕਰਨ ਦੇ ਚੱਕਰ ਦੇ ਵਿੱਚ ਕਿਸੇ ਦੀ ਜਾਨ ਹੀ ਲੈ ਲਈਏ ਕੁਝ ਅਜਿਹਾ ਹੀ ਇਲਜ਼ਾਮ ਲੱਗ ਰਿਹਾ ਹੈ ਅਮਰ ਹਸਪੀਟਲ ਦੇ ਮੰਨੇ ਹੋਏ ਡਾਕਟਰ ਅਨੀਸ਼ ਗੋਇਲ ਤੇ ਜੋ ਇੱਕ ਪੇਸ਼ੈਂਟ ਨੂੰ ਟ੍ਰੀਟ ਕਰ ਰਹੇ ਸਨ ਪਰ ਜਦੋਂ ਇਸ ਪੇਸ਼ੈਂਟ ਦੇ ਘਰ ਵਾਲਿਆਂ ਨੇ ਦੇਖਿਆ ਕਿ ਪੇਸ਼ੈਂਟ ਦੀ ਹਾਲਤ ਵੱਧ ਤੋਂ ਬੱਤਰ ਹੁੰਦੀ ਜਾ ਰਹੀ ਹੈ ਅਤੇ ਉਹਨਾਂ ਨੇ ਚੰਡੀਗੜ੍ਹ ਦਾ ਰੁਖ ਕੀਤਾ ਤਾਂ ਚੰਡੀਗੜ੍ਹ ਜਾ ਕੇ ਡਾਕਟਰਸ ਨੇ ਜੋ ਕਿਹਾ ਉਸਨੇ ਪਰਿਵਾਰ ਦੇ ਪੈਰਾਂ ਥੱਲੇ ਉਹ ਜ਼ਮੀਨ ਕੱਢ ਦਿੱਤੀ ਕਿਉਂਕਿ ਚੰਡੀਗੜ੍ਹ ਦੇ ਡਾਕਟਰਾਂ ਨੇ ਸਾਫ ਇਹ ਗੱਲ ਕਹਿ ਦਿੱਤੀ ਕਿ ਕਿਸ ਬੇਵਕੂਫ ਡਾਕਟਰ ਨੇ ਆਪਰੇਸ਼ਨ ਲਈ ਇੰਨੀ ਦੇਰ ਲਾਈ ਕਿਉਂਕਿ 95% ਤੱਕ ਤਾਂ ਇਹ ਇਨਸਾਨ ਪਹਿਲਾਂ ਹੀ ਮੁੱਕ ਚੁੱਕਿਆ ਹੈ ਹੁਣ ਸਿਰਫ 5% ਚਾਂਸਿਸ ਨੇ ਬਚਣ ਦੇ ਅਤੇ ਇਹ ਸਭ ਕੁਝ ਇਸ ਲੋਟੂ ਲਾਣੇ ਦੇ ਕਰਕੇ ਹੋਇਆ ਹੈ ਉਹਨਾਂ ਡਾਕਟਰਾਂ ਦੇ ਕਰਕੇ ਹੋਇਆ ਹੈ ਜੋ ਸਿਰਫ ਨੋਟ ਖੱਟਣ ਦੇ ਚੱਲਦਿਆਂ ਦੂਜਿਆਂ ਦੇ ਬੱਚਿਆਂ ਨਾਲ ਦੂਜਿਆਂ ਦੇ ਟੱਬਰਾਂ ਨਾਲ ਖਿਲਵਾੜ ਕਰਦੇ ਨੇ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਕਰਦੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪ੍ਰਾਈਵੇਟ ਹਸਪਤਾਲ ਜਿਹੜੇ ਕਿ ਬੰਦੇ ਨੂੰ ਮਾਰ ਰਹੇ ਨੇ ਲੁੱਟ ਰਹੇ ਨੇ ਉਹਨਾਂ ਦੇ ਗੱਲ ਕਰਦੇ ਹਾਂ ਇੱਕ ਮਹੀਨਾ ਪਹਿਲਾਂ ਮੇਰਾ ਬ੍ਰਦਰ ਇਨ ਲਾ ਦੇ ਸੱਟ ਲੱਗੀ 14/7/20 ਨੂੰ ਅਸੀਂ ਨਾਭੇ ਜਦੋਂ ਲੈ ਕੇ ਗਏ ਨਾਭੇ ਵਾਲਿਆਂ ਨੇ ਕਹਿਤਾ ਵੀ ਪਟਿਆਲੇ ਲੈ ਜਾਓ ਅਤੇ ਅਸੀਂ ਸਹਾਰਾ ਹੋਸਪਿਟਲ 'ਚ ਲੈ ਗਏ ਪਟਿਆਲੇ ਨੀਅਰ ਬੁੱਢਾ ਦਲ ਸਕੂਲ ਸਹਾਰਾ ਹੋਸਪਿਟਲ ਹੈ ਪ੍ਰਾਈਵੇਟ ਅਤੇ ਉਹਦਾ ਜਿਹੜਾ ਮਾਲਕ ਆ ਉਹ ਮੈਨੂੰ ਜਾਣਦਾ ਸੀਗਾ ਪਰ ਮੈਂ ਵਿਸ਼ਵਾਸ ਕੀਤਾ ਪਰ ਉਹਨਾਂ ਨੇ ਵਿਸ਼ਵਾਸਘਾਤ ਕੀਤਾ ਬਹੁਤ ਵੱਡਾ ਇਕੱਲਾ ਮੁੰਡਾ ਸੀ ਸਾਡੇ ਪਰਿਵਾਰ ਦਾ ਇੰਨੀ ਹਿੰਮਤ ਟੁੱਟ ਗਈ ਕਿ ਮਹੀਨੇ ਬਾਅਦ ਮੈਂ ਅੱਜ ਵੀਡੀਓ ਪਾਉਣ ਲੱਗਿਆ ਕਿ ਇੰਨਾ ਮੈਂਟਲੀ ਅਪਸੈਟ ਆ ਮੈਂ ਮੈਂਟਲੀ ਪਰੇਸ਼ਾਨ ਹਾਂ ਇੱਕ ਮਹੀਨੇ ਤੋਂ ਬਹੁਤ ਜ਼ਿਆਦਾ ਮੈਨੂੰ ਕੁਛ ਨਹੀਂ ਸਮਝ ਆ ਰਹੀ ਮੈਂ ਅੱਜ ਹਿੰਮਤ ਕਰਕੇ ਇਹ ਵੀਡੀਓ ਬਣਾ ਰਿਹਾ ਵੀ ਜਲਾਦ ਬੰਦੇ ਨੇ ਜਲਾਦ ਸਾਡੇ ਬੰਦੇ ਨੂੰ 5 ਦਿਨ ਰੱਖ ਕੇ ਉੱਥੇ 14 ਤਰੀਕ ਤੋਂ ਲਾ ਕੇ 18 ਤਰੀਕ ਤੱਕ ਸਹਾਰਾ ਹੋਸਪਿਟਲ 'ਚ ਰੱਖਿਆ ਤਲਾਸੇ ਦਿੱਤੇ ਗਏ ਵੀ ਠੀਕ ਹੈ ਸਿਰਫ ਪੈਸੇ ਦੇ ਲਾਲਚ ਦੇ ਵਿੱਚ ਉਹਦਾ ਕੋਈ ਆਪਰੇਟ ਨਹੀਂ ਕੀਤਾ ਵੀ ਵੱਧ ਜਾਣ ਦੋ ਕੰਮ ਫਿਰ ਆਪਰੇਟ ਕਰਾਂਗੇ ਕੀਤਾ ਨਹੀਂ ਅਸੀਂ ਵਿਸ਼ਵਾਸਘਾਤ ਸਾਡੇ ਨਾਲ ਬਹੁਤ ਵੱਡਾ ਵਿਸ਼ਵਾਸਘਾਤ ਹੋਇਆ ਸਾਡਾ ਬੰਦਾ ਨਹੀਂ ਮਰਦਾ ਸੀ ਸਾਨੂੰ ਤਲਾਸੇ ਦਿੱਤੇ ਗਏ ਅਮਰ ਹੋਸਪਿਟਲ ਦਾ ਡਾਕਟਰ ਕੁੱਤਾ ਡਾਕਟਰ ਅਨੀਸ ਗੋਇਲ ਉਹਨੂੰ ਕੱਖ ਨਹੀਂ ਪਤਾ ਕੱਖ 1 ਰੁਪਈਏ ਦਾ ਡਾਕਟਰ 1 ਪੈਸੇ ਦਾ ਡਾਕਟਰ ਨਹੀਂ ਹੈਗਾ ਅੱਜ ਮੈਨੂੰ 10-15 ਦਿਨ ਹੋ ਗਏ ਉਹਨਾਂ ਦੀਆਂ ਮਿੰਨਤਾਂ ਕਰਦਿਆਂ ਨੂੰ ਸਹਾਰਾ ਹੋਸਪਿਟਲ ਵਾਲਿਆਂ ਦੀਆਂ ਵੀ ਮੈਨੂੰ ਡਾਕਟਰ ਨੂੰ 1 ਵਾਰੀ ਮਿਲਾ ਦਿਓ ਵੀ ਆਪਰੇਟ ਕਿਉਂ ਨਹੀਂ ਕੀਤਾ 17 ਤਰੀਕ ਨੂੰ ਅਸੀਂ ਸਿਟੀ ਸਕੈਨ ਕਰਾਏ ਜਿਹੜਾ ਉਹਦੇ ਵਿੱਚ ਬਿਲਕੁਲ ਬਣਦਾ ਸੀ ਇਹਦਾ ਆਪਰੇਟ ਹੋਣਾ ਸੀ ਪਰ ਕੀਤਾ ਨਹੀਂ ਆਪਰੇਸ਼ਨ ਨਹੀਂ ਕੀਤਾ ਇਹਨਾਂ ਨੇ ਜ਼ਾਲਮਾਂ ਨੇ ਐਡੇ ਜ਼ਾਲਮ ਬੰਦੇ ਸਾਡਾ ਬਸਦਾ ਰਸਦਾ ਘਰ ਪੱਟਤਾ ਪਿਛਲੇ ਸਾਲ ਅਸੀਂ ਵਿਆਹ ਕਰਿਆ ਮੇਰੇ ਬ੍ਰਦਰ ਇਨ ਲਾ ਦਾ ਉਹਦੀ ਵਾਈਫ ਕੋਲੇ ਬੱਚਾ ਹੋਣ ਵਾਲਾ ਹੈ ਸਾਡਾ ਪੂਰਾ ਮਤਲਬ ਕਿ ਟੱਬਰ ਮੈਂਟਲੀ ਪਰੇਸ਼ਾਨ ਹੈ ਬਹੁਤ ਜ਼ਿਆਦਾ ਇਹਨਾਂ ਦੀ ਬਦੌਲਤ ਸਹਾਰਾ ਹੋਸਪਿਟਲ ਵਾਲਿਆਂ ਨੇ ਡਾਕਟਰ ਬੁਲਾਇਆ ਅਮਰ ਹੋਸਪਿਟਲ ਦਾ 0 ਡਾਕਟਰ ਹੈ ਉਹਨੂੰ 1 ਪੰਜੀ ਦੀ ਨੌਲੇਜ ਨਹੀਂ ਉਸ ਬੰਦੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹਦਾ ਆਪਰੇਸ਼ਨ ਹੋਊਗਾ ਸਾਨੂੰ ਉੱਥੇ ਗੁੰਮਰਾਹ ਕਰਕੇ ਰੱਖਿਆ 4 ਦਿਨ ਬੰਨ ਰੱਖਿਆ ਮੁੰਡਾ ਸਾਡਾ 18 ਤਰੀਕ ਨੂੰ ਅਨੀਸ ਗੋਇਲ ਡਾਕਟਰ ਕਹਿ ਰਿਹਾ ਕੁੱਤਾ ਜਿਹੜਾ ਅਮਰ ਹੋਸਪਿਟਲ ਦੇ ਵਿੱਚ ਹੈ ਕਹਿੰਦਾ ਇਹਨੂੰ ਜੀ ਵੈਂਟੀਲੇਟਰ ਦੀ ਲੋੜ ਆ ਅਮਰ ਹੋਸਪਿਟਲ ਦੇ ਵਿੱਚ ਲੈ ਗਿਆ ਚੱਕ ਕੇ
18 ਤਰੀਕ ਦੀ ਸਾਰੀ ਰਾਤ ਕੱਢਤੀ, ਕੋਈ ਆਪਰੇਟ ਕੀਤਾ, ਵੈਂਟੀਲੇਟਰ ਤੇ ਪਾ ਕੇ ਰੱਖਿਆ ਬੰਦਾ ਸਾਡਾ ਆਕਸੀਜਨ ਤੇ। ਉਸ ਤੋਂ ਬਾਅਦ 19 ਤਰੀਕ ਨੂੰ ਸਾਨੂੰ ਕਹਿ ਰਿਹਾ ਕਿ ਆਪਾਂ ਇੱਕ ਦਿਨ ਲੇਟ ਹੋ ਗਏ ਤਾਂ ਖਮਿਆਜ਼ਾ ਭੁਗਤਣਾ ਪਊਗਾ। ਬਲਕਿ 14 ਤਰੀਕ ਤੋਂ ਅਨੀਸ ਗੋਇਲ ਡਾਕਟਰ ਆਪ ਉਹਦੀ ਦੇਖ ਰੇਖ ਕਰ ਰਿਹਾ ਸੀਗਾ, 19 ਤਰੀਕ ਨੂੰ ਕਹਿ ਰਿਹਾ ਅਮਰ ਹਸਪੀਟਲ ਦੇ ਵਿੱਚ ਵੀ ਮੇਰਾ ਇਹ ਕੇਸ ਨਹੀਂ ਸੀ ਤੇ ਇਹਦਾ ਆਪਾਂ ਨੂੰ ਖਮਿਆਜ਼ਾ ਭੁਗਤਣਾ ਪੈਣਾ, ਆਪਾਂ ਇੱਕ ਦਿਨ ਲੇਟ ਹੋ ਗਏ। ਅਸੀਂ ਉੱਥੋਂ ਆਪਦੇ ਬੰਦੇ ਨੂੰ ਮਤਲਬ ਕਿ ਸਪਾਰਸਾਂ ਲਵਾ ਕੇ ਅਸੀਂ ਉੱਥੋਂ ਡਿਸਚਾਰਜ ਕਰਾ ਕੇ ਅਸੀਂ ਚੰਡੀਗੜ੍ਹ ਗ੍ਰੇਸੀਅਨ ਹਸਪੀਟਲ ਦੇ ਵਿੱਚ ਲੈ ਗਏ 19 ਤਰੀਕ ਨੂੰ। 19 ਤਰੀਕ ਨੂੰ ਜਦੋਂ ਡਾਕਟਰਾਂ ਨੇ ਸੀ ਟੀ ਸਕੈਨ ਦੇਖੇ, ਉਹਨਾਂ ਨੇ ਮੱਥੇ ਤੇ ਹੱਥ ਮਾਰੇ ਵੀ ਕਿਹੜਾ ਫੁੱਦੂ ਡਾਕਟਰ ਇਹੋ ਜਿਹਾ, ਮਹਾਂ ਫੁੱਦੂ ਡਾਕਟਰ ਕਿਹੜਾ ਇਹੋ ਜਿਹਾ ਜਿਹਨੇ ਇਹਦਾ ਆਪਰੇਟ ਹੀ ਨਹੀਂ ਕੀਤਾ, ਵੀ ਇਸ ਟਾਈਮ ਇਹ 90% 95% ਡੈਡ ਹੈ, ਸਿਰਫ 5% ਚਾਂਸ ਨੇ। ਕਿਉਂਕਿ ਜਦੋਂ ਸਹਾਰਾ ਹਸਪੀਟਲ ਦੇ ਵਿੱਚ ਰੱਖਿਆ ਜਦੋਂ ਸਾਡਾ ਬੰਦਾ ਬਿਲਕੁਲ ਤੰਦਰੁਸਤ ਸੀਗਾ, ਸਾਨੂੰ ਗੁੰਮਰਾਹ ਕਰਕੇ ਰੱਖਿਆ, ਧੋਖੇ ਦੇ ਵਿੱਚ ਰੱਖਿਆ, ਪਿੱਠ 'ਚ ਸੂਰੇ ਮਾਰੇ ਨੇ ਸਾਡੇ, ਇੰਨੇ ਜਲਾਦ ਡਾਕਟਰ ਅੱਜ ਤੱਕ ਸਾਨੂੰ ਡਾਕਟਰ ਨਹੀਂ ਮਿਲਾਇਆ, ਸਹਾਰਾ ਹਸਪੀਟਲ ਵਾਲਿਆਂ ਨੇ ਅੱਜ ਤੱਕ ਸਾਨੂੰ ਡਾਕਟਰ ਨਹੀਂ ਮਿਲਾਇਆ, ਐਡੇ ਕੁੱਤੇ ਬੰਦੇ ਨੇ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕਿ ਜੋ ਧੋਖਾ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋ ਜੇ। ਪਟਿਆਲਾ ਪ੍ਰਾਈਵੇਟ ਸਹਾਰਾ ਹਸਪੀਟਲ ਨੀਅਰ ਬੁੱਢਾ ਦਲ ਸਕੂਲ, ਇਹਨਾਂ ਤੋਂ ਬਚੋ, ਅਮਰ ਹਸਪੀਟਲ ਤੋਂ ਬਚੋ। ਡਾਕਟਰ ਅਨੀਸ ਗੋਇਲ ਆ ਉਹ ਤੋਂ ਕੋਈ ਕੇਸ ਨਾ ਦਿਓ ਕੁੱਤੇ ਬੰਦੇ ਨੂੰ, ਪੰਜੀ ਦੀ ਭੈਣ ਚੋਦ ਨੂੰ ਨੌਲੇਜ ਨਹੀਂ ਉਹਨੂੰ, ਸਾਡਾ 6 ਫੁੱਟ ਦਾ ਮੁੰਡਾ। ਇਹਨਾਂ ਡਾਕਟਰਾਂ ਨੇ, ਇਹਨਾਂ ਦੀਆਂ ਗੰਦੀਆਂ ਨੀਤਾਂ ਨੇ ਸਾਨੂੰ ਬੇਘਰ ਕਰਤਾ। ਅੱਜ ਅਸੀਂ ਬਹੁਤ ਮੈਂਟਲੀ ਪਰੇਸ਼ਾਨ ਆ ਵੀਰੋ। ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਮੇਰਾ ਵੀਰ, ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੁੱਤੇ ਭੇੜੀਏ ਡਾਕਟਰਾਂ ਦਾ, ਜਿਹੜਾ ਮਤਲਬ ਕਿ ਅਸਲੀ ਚਿਹਰਾ ਲੋਕਾਂ ਦੇ ਸਾਹਮਣੇ ਆਵੇ। ਆਪਦੇ ਲਈ ਨਹੀਂ, ਕਿਸੇ ਲਈ, ਕਿਸੇ ਲਈ ਨਹੀਂ, ਸਾਡੇ ਲਈ ਸ਼ੇਅਰ ਕਰ ਦਿਓ ਭਰਾ ਮੇਰੇ। ਚੋਰ ਨੇ ਚੋਰ, ਸਹਾਰਾ ਹਸਪੀਟਲ ਪਟਿਆਲਾ, ਅਮਰ ਹਸਪੀਟਲ ਪਟਿਆਲਾ, ਡਾਕਟਰ ਅਨੀਸ ਗੋਇਲ ਠੱਗ ਬੰਦੇ ਨੇ ਇਹ, ਪੈਸੇ ਦੇ ਯਾਰ ਨੇ, ਸਾਡੇ ਪਿੱਠ 'ਚ ਸੁਰੇ ਖੋਭੇ ਨੇ ਇਹਨਾਂ ਦੇ, ਸਾਡਾ ਮੁੰਡਾ ਸਾਤੋਂ ਖੋ ਲਿਆ ਇਹਨਾਂ ਨੇ ਚੋਰਾਂ ਨੇ। ਅਸੀਂ ਜਿੱਥੇ ਤੱਕ ਸਾਡਾ ਦਮ ਹੈ, ਜਿੰਨਾ ਚਿਰ ਸਾਡੇ 'ਚ ਜ਼ੋਰ ਹੈ, ਅਸੀਂ ਆਪਦੀ ਲੜਾਈ ਲੜਾਂਗੇ ਇਹਨਾਂ ਕੁੱਤਿਆਂ ਨਾਲ। ਸਾਡੇ ਕੋਲ ਇੱਕ ਇੱਕ ਪ੍ਰੂਫ ਪਿਆ ਇਹਨਾਂ ਦਾ, ਜਿਹੜਾ ਕਿ ਉੱਥੇ ਇਹਨਾਂ ਦਾ ਅਪਰੇਟ ਕਰਨਾ ਬਣਦਾ ਸੀ ਪਰ ਕੀਤਾ ਨਹੀਂ, ਸਾਨੂੰ ਭੁਲੇਖੇ 'ਚ ਰੱਖਿਆ, ਸਾਡਾ ਮੁੰਡਾ ਮਾਰਤਾ ਇਹਨਾਂ ਨੇ। ਸਹਾਰਾ ਹਸਪੀਟਲ ਪਟਿਆਲਾ, ਅਮਰ ਹਸਪੀਟਲ ਦਾ ਡਾਕਟਰ ਹੈ ਅਨੀਸ ਗੋਇਲ, ਚੋਰ ਡਾਕਟਰ ਨੇ, ਠੱਗ ਨੇ, ਪੂਰੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਰਹੇ ਨੇ, ਖਿਲਵਾੜ ਕਰ ਰਹੇ ਨੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀਰਾਂ ਨੂੰ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਕੁੱਤੇ ਡਾਕਟਰਾਂ ਦਾ ਜਿਹੜਾ ਚਿਹਰਾ ਉਹ ਸਾਰਿਆਂ ਦੇ ਸਾਹਮਣੇ ਆ ਜਾਏ। ਗੁਰਪ੍ਰੀਤ ਅੰਤ ਤੱਕ ਕੋਈ ਗੱਲ ਕਹਿਣਾ ਚਾਹਾਂਗੇ, ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜਿੰਨੇ ਵੀ ਪ੍ਰਾਈਵੇਟ ਹਸਪੀਟਲ ਹੈ ਨੇ, ਜੋ ਵੀ ਡਾਕਟਰਸ ਦੇ ਉੱਤੇ ਅਜਿਹੇ ਇਲਜ਼ਾਮ ਲੱਗਦੇ ਨੇ ਜਾਂ ਕੇਅਰਲੈਸ ਨੇਚਰ ਕਿਸੇ ਵੀ ਡਾਕਟਰ ਦਾ ਸਾਹਮਣੇ ਆਉਂਦਾ ਹੈ, ਨਾਲ ਦੀ ਨਾਲ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ ਤਾਂ ਜੋ ਅਜਿਹੇ ਡਾਕਟਰ ਡਾਕਟਰ ਰਹਿਣ ਹੀ ਨਾ, ਕਿਉਂਕਿ ਉਹ ਡਾਕਟਰ ਰਹਿਣ ਦੇ ਕਾਬਿਲ ਹੀ ਨਹੀਂ ਹੁੰਦੇ। ਅਜਿਹੇ ਡਾਕਟਰ ਬੁੱਚੜ ਨੇ ਅਤੇ ਅਜਿਹੇ ਡਾਕਟਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੇ ਹੋਣ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨ ਵਾਸਤੇ ਬੈਲ।